ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ ਜੇ ਐਸਐਚਓ ਕਿਸੇ ਦਾ ਰੱਬ ਨਹੀਂ ਨਾ ਲਗਾਇਆ ਤੇ ਰੱਬ ਕਿਸੇ ਦਾ ਐਮਐਲਏ ਵੀ ਹੈ ਨਹੀਂ ਜੇ ਉਹ ਉੱਪਰੋਂ ਨਹੀਂ ਡਿਗਿਆ ਤੇ ਡਿਗਿਆ ਐਮਐਲਏ ਵੀ ਉੱਪਰੋਂ ਨਹੀਂ ਹੈਗਾ ਹੁਣ ਪੰਜਾਬ ਦੇ ਡੀਜੀਪੀ ਸਾਹਿਬ ਕਿੱਥੇ ਹਨ ਹੁਣ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿੱਥੇ ਹਨ ਜਦੋਂ ਤੁਹਾਡੇ ਐਮਐਲਏ ਨੇ ਐਸਐਚਓ ਨੂੰ ਇਸ ਤਰ੍ਹਾਂ ਘੂਰਿਆ ਕਿ ਤੂੰ ਰੱਬ ਤੇ ਨਹੀਂ ਬਣ ਗਿਆ ਚਾਹੇ ਉਹ ਬੈਂਸ ਸਾਹਿਬ ਦੇ ਉੱਤੇ ਪਰਚੇ ਦਰਜ ਹੋਏ ਆ ਚਾਹੇ ਉਹਨਾਂ ਦੀ ਸਿਕਿਉਰਿਟੀ ਵਾਪਸ ਹੋਈ ਆ ਨਹੀਂ ਤਾਂ ਕੋਈ ਇਸ਼ੂ ਨਹੀਂ ਹੈਗਾ ਇਹ ਇਸ਼ੂ ਨਹੀਂ ਹੈਗਾ ਕੈਪਟਨ ਸਾਹਿਬ ਦੀ ਚੀਸ ਆ ਜਿਹੜੀ ਉਹਨਾਂ ਨੇ ਚਾਹੇ ਸਿਕਿਉਰਿਟੀ ਵਾਪਸ ਕਰਵਾਈ ਆ ਤੇ ਚਾਹੇ ਉਹਨਾਂ ਨੇ ਜਿਹੜਾ ਪਰਚਾ ਦਰਜ ਕਰਾਇਆ ਤੂੰ ਇਹ ਨਾ ਸਮਝੀ ਵੀ ਐਮਐਲਏ ਬੁੱਧੂ ਹੁੰਦਾ ਆ ਐਮਐਲਏ ਬੁੱਧੂ ਆ ਮੈਂ ਸਮਝਦਾ ਵੀ ਬੁੱਧੂ ਹੀ ਆ ਮੈਂ ਤੁਹਾਨੂੰ ਬੁੱਧੂ ਹੀ ਕਹੂੰਗਾ ਚਾਹੇ ਐਸਐਚਓ ਚਾਹੇ ਡੀਐਸਪੀ ਸਾਹਿਬ ਜਾਂ ਕੋਈ ਵੀ ਵੱਡਾ ਅਫਸਰ ਆ ਲੋਕਾਂ ਦੀ ਸੇਵਾ ਤਨਦੇਹੀ ਨਾਲ ਦਿਲ ਖੋਲ੍ਹ ਕੇ ਉਹਨਾਂ ਨੂੰ ਕਰਨ ਦਿਓ ਕੋਈ ਵੀ ਪੋਲੀਟੀਕਲ ਪ੍ਰੈਸ਼ਰ ਕਿਸੇ ਵੀ ਮਸਲੇ ਦੇ ਵਿੱਚ ਨਾ ਪਾਓ ਕੈਪਟਨ ਅਮਰਿੰਦਰ ਨੂੰ ਸਿਮਰਜੀਤ ਬੈਂਸ ਹੀ ਦਿਸਦਾ ਵੀ ਸਿਮਰਜੀਤ ਬੈਂਸ ਜਿਹਾ ਉਹਨੂੰ ਕਿਸ ਤਰੀਕੇ ਨਾਲ ਅੜਿੱਕੇ ਲੈਣਾ ਜੋ ਮਰਜ਼ੀ ਕਰ ਲੈਣ ਲੋਕ ਸਿਮਰਜੀਤ ਬੈਂਸ ਦੇ ਨਾਲ ਹੈ ਪੰਜਾਬ ਦੇ ਵਿੱਚ ਕਰੋਨਾ ਕਰਫਿਊ ਲੱਗਿਆ ਹੋਇਆ ਹੈ ਜਿਸ ਵਿੱਚ ਪੰਜਾਬ ਦੇ ਡੀਜੀਪੀ ਸਾਹਿਬ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਜਿਹੜੇ ਕਰੋਨਾ ਮਹਾਮਾਰੀ ਦੇ ਵਿੱਚ ਅੱਗੇ ਆ ਕੇ ਲੜਾਈ ਲੜ ਰਹੇ ਆ ਖਾਸ ਤੌਰ 'ਤੇ ਅੱਜ ਅਸੀਂ ਗੱਲ ਕਰਾਂਗੇ ਪੁਲਿਸ ਮੁਲਾਜ਼ਮਾਂ ਦੀ ਪੁਲਿਸ ਵੀਰਾਂ ਦੀ ਉਹਨਾਂ ਦੇ ਹੱਕ ਵਿੱਚ ਡਟ ਕੇ ਖੜੇ ਆ ਇਹ ਇੱਕ ਬਹੁਤ ਵੱਡੀ ਅਤੇ ਵਧੀਆ ਗੱਲ ਵੀ ਆ ਜਿਹੜੇ ਪੁਲਿਸ ਮੁਲਾਜ਼ਮ ਸਾਡੀ ਹਿਫਾਜ਼ਤ ਲਈ ਸਾਡੀ ਸੇਫਟੀ ਲਈ ਰਾਤ ਦਿਨ ਸੜਕਾਂ 'ਤੇ ਉਤਰ ਕੇ ਸਾਡੀ ਮਦਦ ਕਰਦੇ ਉਹਨਾਂ ਦੀ ਸਪੋਰਟ ਪਿੱਛੇ ਹੋਣੀ ਚਾਹੀਦੀ ਆ ਜਿੱਥੇ ਸੀਐਮ ਸਾਹਿਬ ਪਿੱਛੇ ਖੜੇ ਆ ਡੀਜੀਪੀ ਸਾਹਿਬ ਪਿੱਛੇ ਖੜੇ ਆ ਪਿੱਛੇ ਜੇ ਇੱਕ ਪਟਿਆਲੇ ਦੇ ਵਿੱਚ ਵਾਕਿਆ ਹੋਇਆ ਸੀ ਜਿੱਥੇ ਨਿਹੰਗ ਸਿੰਘਾਂ ਵੱਲੋਂ ਹੱਥ ਕੱਟ ਦਿੱਤਾ ਗਿਆ ਸੀ ਅਤੇ ਪੂਰੇ ਪੰਜਾਬ ਦੇ ਲੋਕਾਂ ਨੇ ਪੂਰੀ ਦੁਨੀਆ ਦੇ ਲੋਕਾਂ ਨੇ ਬੁਰਾ ਵੀ ਮਨਾਇਆ ਸੀ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਜੋ ਪੁਲਿਸ ਮੁਲਾਜ਼ਮ ਸਾਡੀ ਰੱਖਿਆ ਦੇ ਵਿੱਚ ਆ ਅਤੇ ਉਹਨਾਂ ਦੀ ਸਪੋਰਟ ਕਰਨੀ ਵੀ ਸਾਡਾ ਫਰਜ਼ ਬਣਦਾ ਹੈ ਜਿਸ 'ਤੇ ਵੱਡੀ ਕਾਰਵਾਈ ਵੀ ਕੀਤੀ ਗਈ ਦੋਸ਼ੀਆਂ ਨੂੰ ਦਬਾ ਦਬ ਫੜ ਕੇ ਥਾਣੇ ਅੰਦਰ ਦੇ ਕੇ ਪਰਚਾ ਵੀ ਕਈ ਧਰਾਵਾਂ ਲਾ ਕੇ ਦਰਜ ਕੀਤਾ ਗਿਆ ਇਹ ਇੱਕ ਚੰਗੀ ਪਹਿਲ ਸੀ ਪਰ ਦੂਜੇ ਪਾਸੇ ਇਹ ਦੋ ਪਹੀਏ ਜਿਹੜੇ ਦਿਖਾਈ ਦੇ ਰਹੇ ਆ ਦੂਜੇ ਪਾਸੇ ਜੇਕਰ ਅਸੀਂ ਕਾਂਗਰਸ ਦੇ ਐਮਐਲਏ ਦੀ ਗੱਲ ਕਰ ਲਈਏ ਹਲਕਾ ਪੱਟੀ ਤੋਂ ਹਰਮਿੰਦਰ ਸਿੰਘ ਗਿੱਲ ਉਹਨਾਂ ਨੇ ਵੀ ਜਿਹੜਾ ਉੱਥੋਂ ਦੇ ਥਾਣਾ ਦੇ ਐਸਐਚਓ ਸਹਿਬਾਨ ਆ ਉਹਨਾਂ ਨੂੰ ਵੀ ਕਾਫੀ ਡਿਮੋਰਲਾਈਜ਼ ਕੀਤਾ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੂੰ ਕਾਫੀ ਘੂਰਿਆ ਉਹਨਾਂ ਨੂੰ ਦਬਕਾ ਵੀ ਮਾਰਿਆ ਜੇਕਰ ਅਸੀਂ ਕਿਹਾ ਜਾਵੇ ਉਹਨਾਂ 'ਤੇ ਅਜੇ ਤੱਕ ਕੀ ਕਾਰਵਾਈ ਹੋਵੇਗੀ ਇਹ ਵੀ ਇੱਕ ਬੜਾ ਵੱਡਾ ਸਵਾਲ ਬਣਿਆ ਹੋਇਆ ਹੈ ਹੁਣ ਪੰਜਾਬ ਦੇ ਡੀਜੀਪੀ ਸਾਹਿਬ ਕਿੱਥੇ ਹਨ ਹੁਣ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿੱਥੇ ਹਨ ਜਦੋਂ ਤੁਹਾਡੇ ਐਮਐਲਏ ਨੇ ਐਸਐਚਓ ਨੂੰ ਇਸ ਤਰ੍ਹਾਂ ਘੂਰਿਆ ਕਿ ਤੂੰ ਰੱਬ 'ਤੇ ਨਹੀਂ ਬਣ ਗਿਆ ਜਾਂ ਹੋਰ ਕਈ ਗੱਲਾਂ ਕੀਤੀਆਂ ਨਾ ਗੱਲਾਂ ਦਾ ਜਵਾਬ ਲੈਣ ਲਈ ਲੋਕ ਸਭਾ ਪਾਰਟੀ ਦੇ ਆਗੂ ਫਗਵਾੜਾ ਤੋਂ ਜਰਨੈਲ ਨੰਗਲ ਸਾਡੇ ਨਾਲ ਮੌਜੂਦ ਆ ਸਰ ਪੰਜਾਬ ਪੁਲਿਸ ਦੀ ਸਾਰੇ ਇਸ ਵੇਲੇ ਕਾਫੀ ਤਾਰੀਫ ਕਰ ਰਹੇ ਆ ਜਦੋਂ ਕਰਫਿਊ ਨਹੀਂ ਸੀ ਲੋਕਾਂ ਨੇ ਮਨਾਂ ਵਿੱਚ ਕਿਤੇ ਨਾ ਕਿਤੇ ਸੀ ਵੀ ਪੰਜਾਬ ਪੁਲਿਸ ਵਧੀਆ ਕੰਮ ਨਹੀਂ ਕਰਦੀ ਪੰਜਾਬ ਪੁਲਿਸ ਰਿਸ਼ਵਤ ਲੈਂਦੀ ਕਈ ਗੱਲਾਂ ਸੀ ਪਰ ਹੁਣ ਜਦੋਂ ਪਹਿਲ ਦੇ ਆਧਾਰ 'ਤੇ ਆ ਕੇ ਉਹਨਾਂ ਸੇਵਾ ਕੀਤੀ ਲੋਕਾਂ ਦੇ ਹੱਕ 'ਚ ਖੜੇ ਰਾਤ ਦਿਨ ਮਿਹਨਤ ਕਰ ਰਹੇ ਸੇਵਾ ਕਰ ਰਹੇ ਲੋਕ ਕਾਫੀ ਸਲੂਟ ਕਰ ਰਹੇ ਆ ਪੁਲਿਸ ਨੂੰ ਅਤੇ ਹੱਥ ਵੀ ਕੱਟਿਆ ਗਿਆ ਸੀਐਮ ਸਾਹਿਬ ਨੇ ਵੀ ਸਖ਼ਤ ਐਕਸ਼ਨ ਲਿਆ ਡੀਜੀਪੀ ਸਾਹਿਬ ਨੇ ਵੀ ਹੁਣ ਪੰਜਾਬ ਦੇ ਜਿਹੜੇ ਕਾਂਗਰਸ ਦੇ ਐਮਐਲਏ ਹਰਮਿੰਦਰ ਸਿੰਘ ਗਿੱਲ ਨੇ ਐਸਐਚਓ ਸਾਹਿਬ ਨੂੰ ਘੂਰਿਆ ਆ ਘੂਰਿਆ ਸ਼ਬਦ ਅਸੀਂ ਯੂਜ਼ ਕਰਾਂਗੇ ਉਸ 'ਤੇ ਕੀ ਪ੍ਰਤੀਕਿਰਿਆ ਤੁਹਾਡੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਫਿਰ ਧੰਨਵਾਦ ਕਰੂੰਗਾ ਕਿਉਂਕਿ ਆਪਣਾ ਜਿਹੜਾ ਮਕਸਦ ਹੈ ਆਪਣਾ ਮਕਸਦ ਹੈ ਲੋਕਾਂ ਨੂੰ ਅਵੇਅਰ ਕਰਨਾ ਜਾਗਰਿਤ ਕਰਨਾ ਸਾਡਾ ਤਾਂ ਫਰਜ਼ ਜਿਹੜਾ ਹੈਗਾ ਅਸੀਂ ਲੋਕਾਂ ਨੂੰ ਜੋ ਸਰਕਾਰਾਂ ਦੀਆਂ ਕਮੀਆਂ ਉਹ ਤੋਂ ਜਾਣੂ ਕਰਵਾ ਰਹੇ ਹਾਂ ਦੂਸਰੀ ਗੱਲ ਇਹ ਹੈ ਵੀ ਜੋ ਪ੍ਰਸ਼ਾਸਨ ਦਾ ਵਧੀਆ ਕੰਮ ਹੈ ਉਹਨੂੰ ਅਸੀਂ ਸਲਿਊਟ ਵੀ ਕਰਦੇ ਹਾਂ ਹੁਣ ਰਹੀ ਗੱਲ ਇੱਕ ਗੱਲ ਤੁਸੀਂ ਕੀਤੀ ਹੈ ਵੀ ਜਿਹੜੀਆਂ ਪੁਲਿਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਵੀ ਪੁਲਿਸ ਨੂੰ ਬਹੁਤ ਵਧੀਆ ਕੰਮ ਕਰ ਰਹੀ ਹੈ ਪੁਲਿਸ ਦੀ ਪ੍ਰਸ਼ੰਸਾ ਹੋ ਰਹੀ ਹੈ ਪ੍ਰਸ਼ੰਸਾ ਜਿਹੜੇ ਲੋਕ ਕਰ ਰਹੇ ਆ ਉਹ ਲੋਕ ਜਿਹੜੇ ਆ ਉਹ ਜੇ ਤਾਂ ਆਪਾਂ ਕਾਂਗਰਸ ਦੇ ਐਮਐਲਏ ਦੀ ਗੱਲ ਕਰੀਏ ਜਾਂ ਮਿਨਿਸਟਰਾਂ ਦੀ ਗੱਲ ਕਰੀਏ ਵੀ ਸਾਡੀ ਪੁਲਿਸ ਬਹੁਤ ਵਧੀਆ ਕੰਮ ਕਰਦੀ ਹੈ ਉਹ ਤਾਂ ਸਿਰਫ ਇੱਕ ਦਿਖਾਵਾ ਹੋ ਰਿਹਾ ਇਹਨਾਂ ਗੱਲਾਂ ਤੋਂ ਲੱਗ ਰਿਹਾ ਕਿਉਂਕਿ ਪੱਟੀ ਦਾ ਐਮਐਲਏ ਉਹਦੀ ਮੈਂ ਵਰਡਿੰਗ ਸੁਣੀ ਜਦੋਂ ਮੈਂ ਵਰਡਿੰਗ ਸੁਣੀ ਤਾਂ ਮੈਂ ਹੈਰਾਨ ਰਹਿ ਗਿਆ ਬਈ ਇਹ ਜਿਹੜੀ ਵਰਡਿੰਗ ਆ ਅੱਜ ਦੇ ਦੌਰ ਦੇ ਵਿੱਚ ਵਰਤੀ ਜਾ ਰਹੀ ਹੈ ਆਮ ਜਿਹੜਾ ਅੱਜ ਤੋਂ ਪਹਿਲਾਂ ਚਾਹੇ ਭਾਰਤ ਭੂਸ਼ਣ ਆਸ਼ੂ ਸੀ ਜਿਹੜਾ ਇੱਕ ਡੀਐਸਪੀ ਨੂੰ ਇਹ ਗੱਲ ਕਹਿ ਰਿਹਾ ਵੀ ਤੈਨੂੰ ਮਿੰਦ ਕੇ ਰੱਖ ਦੇਵਾਂਗੇ ਅਤੇ ਚਾਹੇ ਉਹ ਆਪਣੇ ਸੀਗਾ ਫਾਜ਼ਿਲਕਾ ਦਾ ਐਮਐਲਏ ਦਵਿੰਦਰ ਘਵਾਇਆ ਉਹਨੇ ਇੱਕ ਲੇਡੀ ਐਸਐਚਓ ਨੂੰ ਇਹ ਗੱਲ ਕਹੀ ਵੀ ਆਪਣਾ ਜੁੱਲੀ ਬਿਸਤਰਾ ਬੰਨ ਰੱਖ ਅਤੇ ਅੱਜ ਉਹੋ ਹੀ ਗੱਲ ਜਿਹੜੀ ਹੈ ਉਹ ਗੱਲ ਅੱਜ ਐਮਐਲਏ ਪੱਟੀ ਤੋਂ ਹਰਮਿੰਦਰ ਸਿੰਘ ਗਿੱਲ ਉਹ ਇਹ ਗੱਲ ਕਹਿ ਰਿਹਾ ਐਸਐਚਓ ਨੂੰ ਬਈ ਤੂੰ ਐਸਐਚਓ ਲੱਗ ਗਿਆ ਕੋਈ ਰੱਬ ਤਾਂ ਨਹੀਂ ਲੱਗਿਆ ਬਈ ਤੂੰ ਕਿਤੇ ਉੱਪਰੋਂ ਤਾਂ ਨਹੀਂ ਦਰਖਤ ਤੋਂ ਤਾਂ ਨਹੀਂ ਡਿੱਗਿਆ ਕਿਤੇ ਅਸਮਾਨ ਤੋਂ ਤਾਂ ਨਹੀਂ ਡਿੱਗਿਆ ਇੱਦਾਂ ਦੀਆਂ ਗੱਲਾਂ ਉਹਦੇ ਵਿੱਚ ਬੋਲ ਰਿਹਾ ਬਈ ਤੈਨੂੰ ਪਤਾ ਨਹੀਂ ਵੀ ਕਿੰਨੇ ਕੁ ਐਮਐਲਏ ਆ ਪੱਟੀ ਹਲਕੇ ਦੇ ਵਿੱਚ ਤੂੰ ਤੈਨੂੰ ਪਤਾ ਨਹੀਂ ਵੀ ਸਤਿ ਸ਼੍ਰੀ ਅਕਾਲ ਬੁਲਾਉਣੀ ਆ ਮੈਨੂੰ ਹੈਰਾਨਗੀ ਇਸ ਗੱਲ ਦੀ ਹੁੰਦੀ ਹੈ ਬਈ ਐਮਐਲਏ ਸਾਹਿਬ ਇੰਨੇ ਹੰਕਾਰ 'ਚ ਬੋਲ ਰਹੇ ਆ
कि उन्होंने सूबे के मुख्यमंत्री की कही हुई गल जी है वो शायद ज़्यादा नहीं और उन्होंने ये लगता होगा बे सूबे के मुख्यमंत्री जिहड़ी गल कहिंदे आ वो दूजियां ले कह रहे हैं क्योंकि मैं कहना डबल स्टैंडर्ड है उन्होंने सूबे के मुख्यमंत्री का डबल स्टैंडर्ड आ जे कोई होर बंदा अफसरशाही किसी गलत काम तो रोकता आ तो कैप्टन अमरिंदर तकलीफ हुंदी आ बे कैप्टन अमरिंदर ये गल कहिंदा बई मैं अपने अफसर कोई मेरे अफसर कोई गलत गल कहे मैं बर्दाश्त नहीं करूँगा जब वे अपने एम एल ए कहिंदे आ तो फिर उन्होंने तकलीफ कोई नहीं हुंदी वो जे वो एम एल ए जिहड़ा कहिंदा बई तैनू तू ये ना समझी बई एम एल ए बुद्धू हुंदा आ एम एल ए बुद्धू आ मैं समझदा बई बुद्धू ही आ मैं तुहानू बुद्धू ही कहूँगा बई तैनू ये भी पता होना चाहिए बई अज किहड़ा युग चल रहा तेरी रिकॉर्डिंग हो रही है और रिकॉर्डिंग वायरल हो गई है उस एम एल ए की जिहड़ी स्टेटमेंट आ मैं उत्थे एक गल जरूर कहनी चाहुंदा बई एम एल ए साहब जे एस एच ओ किसी का रब नहीं ना लगाया तो रब किसी का एम एल ए भी है नहीं उहदे मन च भुलेखा हो सकता है कि मैं खरा एम एल ए बन के रब बन गया रब एम एल ए भी है नहीं किसी का जे वो उपरों नहीं डिगया तो डिगया एम एल ए भी उपरों नहीं हैगा जिहड़ा एक एस एच ओ आ कोई भी मुलाजम आ वो पबलिक सर्वेंट आ तो जिहड़ा एक एम एल ए आ वो भी एक चौकीदार आ वो भी लोगों के हितों के लिए रखवाली करने वाले कानून बनाने का ड्यूटी आ ना कि अफसरशाही तो कम लेने अफसरशाही दबके मारने एम एल ए की ड्यूटी नहीं है जो बैंस साहब डीसी साहब के दफ्तर गए थे उन्होंने भी शब्द बोले से हथोपाई या हो नहीं हुआ उन्होंने कहा कि दफ्तर साढ़े प्यो का नहीं बाप का नहीं लोगों का काफ़ी काफ़ी एक्शन हुए थे सीएम साहब भी इनवॉल्व होना पै गया पर अजे तक कोई बयान नहीं कोई सीएम साहब की सिर्फ चीस आ सरदार सिमरजीत सिंह बैंस के नाल चीस इस एको गल दी आ कि सरदार सिमरजीत सिंह बैंस ने सिटी सेंटर घोटाले के क्लोजर रिपोर्ट का विरोध किया उन्होंने चैलेंज किया भी ये क्लोजर रिपोर्ट जी इनू एक्सैप्ट ना किया जाए उन्होंने कोर्ट चैलेंज किया आ और कैप्टन अमरिंदर इस गल का प्रैशर बना रहा चाहे वह बैंस साहब के उत्ते परचे दर्ज होए आ चाहे उन्होंने सिक्योरिटी वापस हुई आ नहीं तो कोई इशू नहीं है ये इशू नहीं है कैप्टन साहब की चीस आ जी उन्होंने चाहे सिक्योरिटी वापस करवाई आ चाहे उन्होंने जिहड़ा परचा दर्ज कराया और एक परचा नहीं दर्ज होया पहला बादल साहब की गवर्नमेंट वेले भी बैंस साहब के परचे दर्ज होंदे रहे आ ते हुण कांग्रेस की सरकार वेले भी कांग्रेसी एमएलए दी क्यों नहीं कोई कार्रवाई हुणे नहीं क्योंकि कैप्टन अमरिंदर जिहड़ा हैगा वो उही गल है वे जिद्दां कहिंदे हुंदे ना वे अन्ना मंडे सीरनी मुणकड़ अपणिआं नूं उन्हां नूं पक्ष दिसदा मैं कैप्टन अमरिंदर सिंह नूं भी एक गल कहनी चाहुंदा वी कैप्टन अमरिंदर सिंह जी इस गल दा ध्यान रखण वी उह इस वेले मुख्यमंत्री पंजाब दे आ कांग्रेस दे नहीं हैगे उन्होंने ये लगता होगा खरा मैं कांग्रसियों का एम एल ए कांग्रेस को वोट परसेंटेज इलेक्शन के जो 2017 उन्होंने वोट जो पिया ना अच्छ चैक कर लैन उन्होंने वोट परसेंटेज घटिया आ क्योंकि लोगों ने बुद्धूवाद बनाया यदा मतलब यह आई जे कांग्रेस का वोट 20-25 % होगा पंजाब के अंदर बाकी 75-80 % लोग जोड़े आजाब के लोग आ एक कैप्टन अमरिंदर अपने आप में यह ना समझे मैं कांग्रसियों का मुख्यमंत्री हाँ वो पंजाब का मुख्यमंत्री अपनी जिम्मेवारी नवाए डबल स्टैंडर्ड ना रखे घर का मुखी जे न्याय वाली गल करेगा तो बच्चे जोड़े सीधे रहेंगे इस करके मैं कैप्टन अमरिंदर तो वैसे आस नहीं रखता लेकिन मैं एस एच ओ साहब में यह गल जरूर कह कि तुम कम अपना इमानदारी करो भी भाई तुम पट्टी हल्के भी एस एच ओ लगे हो तो जे इन्हें धमकी तो दे दी भी तेनों लग जू पता वो कहिंदा जी मेरे किसी केस दे विच उन्हें एम एल ए साहब ने यह गल कही आवे तैनू वह कम कहा थानेदार नूं तां तूं करने दिंदा वो कहिंदा जी मेरी नॉलेज नहीं कहिंदा कोई नहीं आ जाओ नॉलेज दे विच इहदा मतलब की आ धमकी है सीधी अफसरां नूं धमकियां दित्तियां जा रही शरेआम एम एल ए दे रहे इहदा मतलब बई कैप्टन अमरिंदर नूं इस गल का ध्यान ही नहीं सिर्फ कैप्टन अमरिंदर नूं सिमरजीत बैंस ही दिसदा बई सिमरजीत बैंस जे आ उहनूं किस तरीके नाल अड़ीके लैणा जो मर्जी कर लैण लोक सिमरजीत बैंस दे नाल है सो एक बहुत बड़ा जिहड़ा कि गल सामने आई है क्योंकि एक पासे पंजाब दे मुख्यमंत्री डी जी पी साहब तो एको गल कह रहे कि पंजाब पुलिस काफ़ी तनदेही नाल काम कर रही है कर रही भी आ भी उन्हां नूं सलाम करना बनता सलूट करना बनता हर रात दिन सी एम साहब उन्हां नाल खड़े पर अज तुसीं वेख्या जदों कांग्रेस दे एम एल ए उन्हां नूं बोल रहे सन दावे कर रहे सन बहसबाजी कर रहे सन सर 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 कह के बेचारा बड़ा डिमोरलाइज हो के एस एच ओ साहब जिहड़ा कि गलबात कर रहे थे उन्होंने भी जो मानसिक से जोड़ा उन्होंने परेशान किया गया आ सो असी यही कहना चाहेंगे कि सरकार कोई भी हो चाहे एस एच ओ चाहे डी एस पी साहब या कोई भी वड्डा अफसर आ लोगों की सेवा तनदेही नाल दिल खोल के उन्होंने करन दिओ कोई भी पोलीटिकल प्रैशर किसी भी मसले दे विच ना पाओ इस दे नाल नतीजे माड़े आने हैं क्योंकि लोगों के भी काफ़ी गुस्सा आक्रोश वधदा इस गल दे नाल सो उम्मीद करते हैं कि अगे तो कोई इहो जिहा एम एल ए पुलिस के उपर प्रैशर नहीं पाएगा जे पाएगा तो कैप्टन साहब जिवें बाकियां ते कार्रवाई करन दे हुक्म दिंदे आ ते अपने एम एल एआं ते भी देणगे कैमरामैन प्रेम चाचौगी दे नाल हरदीप सिंह तगड़ सांझ टीवी फगवाड़ा।
ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।